ਬੀਤੇ ਦਿਨ ਇੱਕ ਸਤਿਕਾਰਯੋਗ ਸ਼ਖਸੀਅਤ ਸਵਰਗੀ ਸ਼੍ਰੀਮਤੀ ਸ਼ਾਮ ਦੁਲਾਰੀ ਢੰਡ ਜੀ, ਧਰਮ ਪਤਨੀ ਸਵਰਗੀ ਅਮਰਚੰਦ ਢੰਡ, ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ, ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਸ਼੍ਰੀ ਸੱਤੇ ਨਾਰਾਇਣ ਮੰਦਿਰ SD ਕਾਲਜ ਰੋਡ ਜਲੰਧਰ ਵਿਖੇ ਪਾਏ ਗਏ। ਸਵਰਗੀ ਸ਼ਾਮ ਦੁਲਾਰੀ ਢੰਡ ਜੀ ਆਪਣੇ ਪਰਿਵਾਰ ਵਿੱਚ ਆਪਣੇ ਸਪੁੱਤਰ ਅਸ਼ਵਨੀ ਢੰਡ, ਨੂੰ ਮੀਨੂ ਢੰਡ, ਅਨਿਲ ਕੁਮਾਰ ਨੂੰ ਅਨੂ, ਅਸ਼ੋਕ ਕੁਮਾਰ ਨੂੰ ਊਸ਼ਾ ਰਾਣੀ, ਪੋਤਰੇ ਸਨੀ ਢੰਡ, ਰੋਹਿਤ ਢੰਡ, ਉਮੇਸ਼ ਢੰਡ, ਗੌਰਵ ਢੰਡ ਅਤੇ ਸੌਰਵ ਢੰਡ ਨੂੰ ਸਦੀਵੀ ਵਿਛੋੜਾ ਦੇ ਗਏ। ਰਸਮ ਕਿਰਿਆ ਦੇ ਵਿੱਚ ਆਏ ਹੋਏ ਇਹਨਾਂ ਦੇ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। अखंड मंडलाकारं व्याप्त येन चराचरं जगदमुदस्तं तेन तस्मै श्री गुरुवे नमः। ॐ तन्सी विभूषितकरां नवनीलध्यावां पीताम्बरो ਸੇ ਰਾਮ ਨਾਮ ਜਪ ਜਾਇਆ ਮਨ ਸੇ ਰਾਮ ਨਾਮ ਜਪ ਜਾਇਆ ਪਾਤਰ ਰਾਮ ਨਾਮ ਧਨ ਰਾਸੀ ਗੋਰ ਅਵਿਦਿਆ ਵਿਪਦ ਵਿਨਾਸੀ ਪਾਤਰ ਜਪ ਰਾਮ ਪ੍ਰੇਮ ਕਾਪੂ ਸੰਕਟ ਸੰਤੇ ਹੋ ਗਏ ਦੂਰ ਰਾਮ ਨਾਮ ਜੋ ਜਪੇ ਕਬੀਰ ਉਸਕੇ ਭੀਤਰ ਕੋਸ ਕੁਬੇਰ मनुष्य का जीवन भी एक ऐसा ही जीवन होता है। बाल अवस्था, कुमार अवस्था, यौवन अवस्था और अंत में वृद्ध अवस्था आ ही जाती है। चार ही हमारे कर्म है, चार ही हमारी दिशाएं है और चार ही हमारी अवस्था है। और आगे लग जाता है आ, तब हम 84 के चक्कर में घूम जाते हैं। माता बड़ी भाग्यशाली थी और जब तक वो समाज रहा माता ने मंदिर नहीं छोड़ा।
किसी भी कारणवश वह प्रातः काल अपना नित्य नियम में और धार्मिक प्रवृत्ति के और एक सरल स्वभाव का जो एक मां के अंदर होता था वहां पर सब माता के अंदर ग्रहण थे। श्री राम जय राम जय जय राम 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 अस्मिता जी और इन्होंने वो बेटे तीन बेटे ने श्याम दुलारी टांगी दे उन्होंने शोक सभा दी ਸ਼ਾਮ ਦਾ ਦੁਲਾਰੀ ਢਾਂਗੀ ਦੀ ਸ਼ੋਕ ਸਭਾ ਦੇ ਸਾਰੇ ਇਕੱਤਰ ਹੋਏ ਮੈਂ ਸਮਝਦਾ ਜਿਨ੍ਹਾਂ ਨੇ ਆਪਣੇ ਮਾਂ ਪਿਓ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਜੀਵਨ ਦੇ ਵਿੱਚ ਕਦੀ ਘਾਟ ਨਹੀਂ ਆਇਆ ਤੇ ਮੇਰੇ ਸਾਹਮਣੇ ਬੈਠੇ ਤਿੰਨੋਂ ਭਰਾ ਇਸ ਗੱਲ ਦੇ ਸਬੂਤ ਨੇ ਨਾ ਇਹਨਾਂ ਕਿਸੇ ਇੱਜ਼ਤ ਦੀ ਕਮੀ ਆਈ ਹੈ ਨਾ ਸ਼ੋਹਰਤ ਦੀ ਨਾ ਪੈਸੇ ਦੀ ਲੇਕਿਨ ਇਹਨਾਂ ਨੇ ਆਪਣੇ ਸਮਾਜ ਦੇ ਵਿੱਚ ਨਾਂ ਬਣਾਇਆ ਅੱਜ ਦਾ ਇਹ ਤੱਥ ਦੱਸਦਾ ਹੈ ਕਿ ਲੋਕਾਂ ਦੇ ਨਾਲ ਇਹਨਾਂ ਦਾ ਕਿੰਨਾ ਪਿਆਰ ਹੈ ਸੋਸ਼ਲ ਵੀ ਨੇ ਧਰਮ ਦੇ ਨਾਲ ਵੀ ਜੁੜੇ ਹੋਏ ਨੇ ਮੈਨੂੰ ਦੱਸਿਆ ਗਿਆ ਕਿ ਮਾਤਾ ਜੀ ਨੇ ਇੱਥੇ ਸਤਨਾਰਾਇਣ ਮੰਦਰ ਦੇ ਵਿੱਚ ਬਹੁਤ ਹੀ ਇਹਨਾਂ ਦੀ ਆਸਥਾ ਸੀਗੀ ਔਰ ਇਹਨਾਂ ਨੇ ਮੂਰਤੀਆਂ ਵੀ ਇੱਥੇ ਸਥਾਪਿਤ ਕਰਾਈਆਂ ਸੀ ਜੇ ਮਾਂ ਪਿਓ ਨੇ ਜਿਹਨਾਂ ਨੇ ਸੇਵਾ ਨਹੀਂ ਕੀਤੀ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਕਦੀ ਸੁੱਖ ਨਹੀਂ ਜੇ ਪਾਇਆ ਮੈਂ ਤੁਹਾਨੂੰ ਸਤਨਾਰਾਇਣ ਮੰਦਰ ਦਾ ਵਿਸ਼ਾਲ ਹਾਲ ਔਰ ਹਾਲ ਚ ਬੈਠੀ ਵਿਸ਼ਾਲ ਸੰਗਤ ਆ ਰਹੇ ਭਗਤਗਣ ਇਸ ਗੱਲ ਦਾ ਸਬੂਤ ਹੈ ਕਿ ਮਾਤਾ ਜਿੱਥੇ ਸ਼ਾਮ ਦੀ ਤੁਲਾਰੀ ਹੈ ਔਰ ਜਿੱਥੇ ਉਸਨੇ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਨੂੰ ਧਰਮ ਨਾਲ ਜੋੜਿਆ ਉਸ ਇਸ਼ਟ ਨਾਲ ਜੋੜਿਆ ਔਰ ਬੱਚੇ ਵੀ ਉਸ ਇਸ਼ਟ ਨਾਲ ਜੁੜੇ ਨੇ ਉਸ ਨਿਸ਼ਠਾ ਦੇ ਨਾਲ ਉਹ ਪਰਿਵਾਰ ਸਮਾਜ ਦੀ ਸੇਵਾ ਕਰ ਰਹੇ ਨੇ ਮਾਂ ਸ਼ਕਤੀ ਐਸਾ ਹੈ ਔਰ ਇੱਕ ਲੜਕੀ ਦਾ ਮਾਂ ਬਣਨਾ ਇਸ ਦਾ ਸਨਮਾਨ ਹੈ ਪੂਜਯ ਪੰਡਿਤ ਜੀ ਇਸ ਸ਼ੋਕ ਸਭਾ ਚ ਉਪਸਥਿਤ ਬਜ਼ੁਰਗ ਵਿਦਿਆਨੰਦ ਰਾਮ ਲਾਈ ਹਯਾਤ ਆਈ ਕਜ਼ਾ ਲਈ ਚਲੀ ਚਲੇ ਨਾ ਆਪਣੀ ਖੁਸ਼ੀ ਆਏ ਨਾ ਆਪਣੀ ਖੁਸ਼ੀ ਚਲੇ ਈਸ਼ਵਰ ਦੀ ਇੱਛਾ ਹੁੰਦੀ ਹੈ ਇਨਸਾਨ ਜਨਮ ਲੈ ਲੈਂਦਾ
ਔਰ ਉਹ ਬੁਲਾਰਾ ਬੀਜਦਾ, ਇਸੇ ਨੂੰ ਮੌਤ ਕਹਿੰਦੇ ਹਨ। ਜਨਮ ਔਰ ਮੌਤ ਇਨਸਾਨ ਦੇ ਹੱਥ 'ਚ ਹੈ, ਇਨਸਾਨ ਦੇ ਹੱਥ 'ਚ ਹੈ ਇਸ ਧਰਤੀ 'ਤੇ ਆ ਕੇ ਕਿਹੋ ਜਿਹੇ ਕਰਮ ਕਰ ਜਾਂਦਾ, ਕਿਹੋ ਜਿਹੀ ਖੁਸ਼ਬੂ ਖਿਲਾ ਜਾਂਦਾ। ਅੱਜ ਸਾਡੇ ਦਰਮਿਆਨ ਮਾਤਾ ਸੁਦੀਪ ਸ਼ਾਮ ਬੁਲਾਰੀ ਜੀ ਨਹੀਂ ਰਹੇ, ਉਹਨਾਂ ਦੀ ਕੀਤੀ ਹੋਈ ਗੁਲਾਮੀ ਉਹ ਸਦਾ ਹਰੀ ਹੁੰਦੀ ਰਹੇ। ਗੁਜ਼ਰੋ ਜੋ ਬਾਤ ਸੀ ਤੋ ਦੁਆ ਮੰਗ ਕੇ ਚਲੋ, ਜਿਸ ਪੇ ਖਿਲੇ ਨਾ ਫੂਲ ਵੋ ਡਾਲੀ ਹਰੀ ਰਹੇ। ਮੈਂ ਪ੍ਰਧਾਨ ਓਲਡ ਜਵਾਹਰ ਨਗਰ ਵੈਲਫੇਅਰ ਸੁਸਾਇਟੀ ਸਟੇਟ ਵਿੱਚ ਥੋੜ੍ਹੇ ਦਿਨ ਪਹਿਲਾਂ ਮੇਰੀ ਮਾਤਾ ਜੀ ਸ਼੍ਰੀਮਤੀ ਸ਼ਾਮ ਬੁਲਾਰੀ ਜੀ ਦਾ ਸਵਰਗਵਾਸ ਹੋ ਗਿਆ। ਅੱਜ 29 ਤਰੀਕ ਨੂੰ ਦੇ ਸ਼ੁੱਕਰਵਾਰ ਨੂੰ ਅੱਜ ਉਹਨਾਂ ਦੀ ਰਸਮ ਭੋਗ ਉਠਾਲਾ। ਮੇਰੇ ਮਾਤਾ ਜੀ ਜਿਹੜੇ ਕਿ ਬਹੁਤ ਹੀ ਧਾਰਮਿਕ ਪ੍ਰਵਿਰਤੀ ਦੇ ਸੀ, ਰੱਬ ਨੂੰ ਮੰਨਣ ਵਾਲੀ ਸ਼ਖਸੀਅਤ ਸੀਗੀ, ਬਹੁਤ ਧਾਰਮਿਕ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀਗੇ, ਦਾਨ ਪੁੰਨ ਕਰਦੇ ਸੀਗੇ ਅਤੇ ਆਪਣੇ ਪਰਿਵਾਰਕ ਦੀ ਜ਼ਿੰਮੇਵਾਰੀਆਂ ਬੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਿਭਾ ਕੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਕੇ ਚਲੇ। ਮਾਤਾ ਜੀ ਕੋ ਤਿਲਕ ਓਮ ਹਾਰੀ ਓਮ ਹਾਰ ਓਮ ਸ੍ਰੀ ਚਤੀ ਲਕਸ਼ਮੀ ਸ਼ਕਨਿਆ ਮਹਾਰਾਤੀ ਆਰਸ਼ਿਆ ਤਤਮਾ ਇਕਰਾਮ ਇਕਰਾਮ ਓਮ ਇਕਰਾਮ ਸਰਵਲੋ ਓਮ ਇਕਰਾਮ ਹਾਟੂ। ਔਰ ਮਾਤਾ ਜੀ ਕਾ ਧਿਆਨ ਕਰਨਾ ਹੈ, ਜੈਸੇ ਆਪਕੋ ਆਵਾਜ਼ ਬੁਲਾਤੇ ਥੇ ਆਜ ਕੀ ਬਾਤ ਆਪਕੀ ਛਤਰ ਛਾਇਆ ਹਮਾਰੇ ਉੱਪਰ ਬਣੀ ਰਹੇ ਔਰ ਆਪਕਾ ਵਾਸ ਵੈਕੁੰਠ ਮੇਂ ਹੋ, ਭਗਵਾਨ ਵਿਸ਼ਨੂੰ ਕੇ ਚਰਨੋਂ ਮੇਂ ਹੋ। ਓਮ ਹਾਰੀ ਓਮ ਮਹਾਜੀ ਜੈ ਵੈਕੁੰਠ ਦੇਵਾਸਥਾਨ ਪਿਤਾ ਤਾਹੁਮ ਮਜਾਨੇ
ਭੁੱਲ ਜਾਊਂ ਪਤ ਪਾਠ ਲਾਚੇ ਉਨਾਦ ਜਾਤ ਕਰਵੀਲ ਰਸਾਲ ਪੁਸਤੈ ਬਿਲ ਪ੍ਰਵਾਲ ਤੁਲਸੀ ਦਲ वास्तव में एक दिव्य मूर्ति थी और एक मां थी।
जैसा उनका धर्म था पूरा धर्म निभाया। राम नाम सत्य है, इसमें कोई अनदिखा नहीं है। माता जी अपने अपूर्ण जीवन में सुख होकर के अंत में वैकुंठ धाम को प्राप्त हुई, इसी का नाम मोक्ष कहा जाता है। राम नाम जपी सुख
ਦਾਤਾ ਸੱਚਾ ਸਾਥੀ ਜੋ ਹਿਤ ਕਰੇ ਦਾਤਾ ਮਨ ਜਗ ਜੈਰਿਆ ਤੋ ਨਹੀਂ ਭਾਵੇ ਚਿੰਤਾ ਚਿੱਤ ਕੋ ਚੂਰ ਰਾਮ ਨਾਮ ਜਗ ਚਿੰਤਾ ਸੂਰਤ ਚਿੰਤਾ ਮਨ ਚਿਤ ਚਿੰਤਨ ਪੂਰ ਸੋਗ ਸਾਗਰ ਹੋਮੜਾ ਅਤਿ ਦੁਖ ਮੇ ਮਨ ਘਬਰਾਤਾ ਭਜੀਏ ਰਾਮ ਰਾਮ ਬਹੁ ਬਾਰ ਚਰਤਾ ਚਰਤਾ ਬੇੜਾ ਘੜੀ ਘੜੀ ਕਰ ਕਿਮ ਕਰ ਕਾਲ ਕਰ ਕਠੋਰ ਪੀਸ਼ ਕਰਾਲ ਰਾਮ ਰਾਮ ਜਪੀ ਪ੍ਰਤਿਪਾਲ ਸੁਭ ਦਾਤਾ ਪ੍ਰਭੁ ਦੀਨ ਦਇਆਲ ਘਟਨਾ ਘੋਰ ਗਤੀ ਜਿਸ ਬੀਰ ਦੁਰਜਨ ਦੁਖੜੀ ਬੀਵੀ ਗੀ ਜਪੀਏ ਰਾਮ ਨਾਮ ਬਿਨਾ ਦੀਰ ਰਖੀ ਰਾਮ ਰਾਮ ਸੁਭ ਰਾਮ ਨਾਮ ਹੋ ਸਦਾ ਸਹਾਇਕ ਰਾਮ ਨਾਮ ਸਰਵ ਸੁਖਦਾਇਕ ਰਾਮ ਰਾਮ ਪ੍ਰਭੁ ਰਾਮ ਕੀ ਸਰਣ ਸ਼ਾਂਤੀ ਆਸਰੇ ਪੂੰਜੀ ਰਾਮ ਨਾਮ ਕੀ ਪਾਈ ਪਾਠੀ ਸਾਤ ਨਾਮ ਦੀ ਨਾਸੀ ਜਨਮ ਮਰਨ ਕਾ ਤਤਕਾ ਰਹੀ ਰਾਮ 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 ਹੀ ਰਾਮ ਹੈ ਤੀਨ ਲੋਕ ਕਾ ਨਾਮ ਪਰਮ ਪੁਰਸ ਪਾਵਨ ਪ੍ਰਭੂ ਸਦਾ ਸੰਗੀ ਸਾਰ ਤਪ ਧਿਆਨ ਯੋਗੀ ਜਾਨ ਬਨ ਕੁਟੀ ਬਾਸ ਰਤੀ ਬੈਰਾਗ ਰਾਮ ਨਾਮ ਬਿਨਾ ਨੀਰਸ ਭੋਗ ਰਾਮ ਰਾਮ ਜਪ ਕਰੀ ਰੋ ਰਾਮ ਜਾਪ ਸਭ ਸੰਜਮ ਸਾਧਨ ਰਾਮ ਜਾਪ ਹੈ ਕਰਮ ਰਾਮ ਜਾਪ ਹੈ ਕਰਮ ਅਗਿਆ ਸਿਮਰੋ ਰਾਮ ਨਾਮ ਸੁਖ ਰਾਤ ਰਾਮ ਜਾਪ ਕਈ ਕੋਚੀ ਕਰਣੀ ਪਾਦਾ ਵਿਘਨ ਬਹੁ ਦੁਖ ਰਾਮ ਰਾਮ ਮਹਾਮੰਤਰ ਜਪਨਾ ਹੈ ਸੁਪ੍ਰਤ ਨੀਮ ਤਪ ਤਪਨਾ ਰਾਮ ਜਾਪ ਹੈ ਸਰਲ ਸਮਾਧੀ ਹਰਿ ਸਭ ਆਦਿ ਆਦਿ ਹਿਤ ਸਿੰਧਿ ਔਰ ਨਵ ਨਿਦਾਨ ਦਾਤਾ ਰਾਮ ਹੈ ਸਭ ਸੁਖ ਕਾ ਰਾਮ ਰਾਮ ਚਿੰਤਨ ਸੁਵਿਚਾਰ ਰਾਮ ਰਾਮ ਜਪ ਨਿਸ਼ਚੈ ਦਾਰ ਰਾਮ ਰਾਮ ਸ੍ਰੀ ਰਾਮ ਜਾਨਾ ਹੈ ਕਰਮ ਪਦ ਅੰਮ੍ਰਿਤ ਪਾਨਾ ਰਾਮ ਰਾਮ ਸ੍ਰੀ ਰਾਮ ਹਰੀ ਸਹਿਜ ਪਰਮ ਹੈ ਯੋ ਰਾਮ ਰਾਮ ਸ੍ਰੀ ਰਾਮ ਜਪ ਦਾਤਾ ਅੰਮ੍ਰਿਤ ਭੋ ਨਾਮ ਜਿਤਾ ਮਨ ਰਤ ਅਮੋ ਰਾਮ ਨਾਮ ਮਹਿਮਾ ਅਨਮੋ ਅਪਲ ਪ੍ਰਭਾਵ ਅਤਿ ਪਰਤਾਵ ਰਾਮ ਨਾਮ ਕਥਾ ਰਤ ਜਾ ਈਦਾ ਕਰਮਾ ਸ਼ਕਤੀ ਕੋ ਰਾਮ ਨਾਮ ਜਪ ਸੁਭ ਸੰ ਰਾਮ ਰਾਮ ਸ੍ਰੀ ਰਾਮ ਰਾਮ ਮੰਤਰ ਤੰਤਰ ਬੀਜ ਪਰਾ ਕਰ ਅੰਤਰ
ਈਦਾ ਸਰ ਪਦ ਪਦ ਪ੍ਰਕਾਸ਼ੇ ਰਾਮ ਰਾਮ ਜਪ ਦੋਸ ਬਿਨਾਸੇ ਸਭੀ ਜਮਾਵੇ ਰਾਮ ਨਾਮ ਜਪ ਜਗੀ ਅਭੰਤੀ ਤਨ ਭਾਵ ਜਗੀ ਸ਼ੁਭ ਸੰ ਗ੍ਰੰਥਿ ਅਵਿਦਿਆ ਟੂਟੇ ਵਾਰੀ ਰਾਮ ਕਿਲਾ ਕੀ ਖਿਲੇ ਅਤੀਤ ਪਾਵਨ ਪਰਮ ਪਾਰ ਰਾਮ ਰਾਮ ਜਪਿਆ ਸਫਲ ਸਿੱਧਿ ਕਰ ਸਾਧਨਾ ਰਾਮ ਨਾਮ ਅਨੁਰਾਰ ਤੀਨ ਲੋਕ ਦਾ ਸਮਝੀ ਸਾਰ ਰਾਮ ਨਾਮ ਸਭੀ ਸੁਖਕਾਰ ਰਾਮ ਨਾਮ ਕੀ ਬਹੁਤ ਬੜਾਈ ਤੀਨ ਪੁਰਾਣ ਮੁਨੀ ਜਨ ਗਾਈ ਯਤਿ ਸਤਿ ਸਾਧੁ ਸੰਤ ਸਯਾਨੇ ਰਾਮ ਨਾਮ ਨਿਸ ਦਿਨ ਤਾਪਸ ਯੋਗੀ ਸੇ ਰਿਸ਼ੀ ਵਰ ਜਪ ਕੇ ਰਾਮ ਰਾਮ ਸਭ ਸੁਖ ਕਰੇ ਭਾਵਨਾ ਵਰਤਿ ਭਰੀ ਭਜਨੀ ਭਜਨੀ ਰਾਮ ਨਾਮ ਨਰਣੀ ਰਾਮ ਭਜਨੀ ਵਰਤ ਭਾਵ ਦੇਵ ਵਿਧਾਤਾ ਰਾਮ ਰਾਮ ਭਜਨੀ ਗਣ ਤਾਤਾ ਰਾਮ ਰਾਮ ਸੁਣੀ ਚੰਦ ਗਾਵੀ ਸਵਰ ਸੰਗੀਤ ਸਿਵ ਰਾਜਾ ਤੇ ਕੀਰਤਨ ਕਥਾ ਕਰਕੇ ਵਿਦਵਾਨ ਸਾਰ ਸਰਸ ਸੰਗ ਸਾਧਨ ਮੋਹਕ ਮੰਤਰ ਅਤਿ ਮਧੁਰ ਰਾਮ ਰਾਮ ਜਪ ਧਿਆਨ ਹੋਤਾ ਤੀਨੋ ਲੋਕ ਮੇ ਰਾਮ ਨਾਮ ਗੁਣ ਗਾਨ ਮਿਥਿਆ ਮਨ ਕਲਪਿਤ ਮਦ ਜਾਲ ਮਿਥੈ ਮੋਹ ਕੁੰਤ ਮੇ ਤਾਲ ਮਿਥਿਆ ਮਨ ਮੁਖਿਆ ਮਨੁ ਨਾਮਾ ਸੱਚੈ ਰਾਮ ਨਾਮ ਜਪ ਕਾਇ ਮਿਥੈ ਵਾਦ ਵਿਵਾਦ ਵਿਰੋਧ ਮਿਥੈ ਵੈਰ ਨਿੰਦਾ ਕ੍ਰੋਧ ਮਿਥਿਆ ਕ੍ਰੋਧ ਗੁਣ ਦੁਖ ਦਾਨ ਰਾਮ ਨਾਮ ਜਪ ਸਤਿ ਨਿਦਾਨ ਸਤਿ ਮੂਲਕ ਹੈ ਰਚਨਾ ਸਾਰੀ ਸਰਬ ਸਤਿ ਪ੍ਰਭੁ ਰਾਮ ਬੀਜ ਸਿਤਰੁ ਮਕੜੀ ਸੀਤਾਰ ਹੁਆ ਤੁਲਾਮ ਸਿ ਜਗਦੀਸਤਾਰ ਈਸ਼ਰੇਖਿਕਾ ਰਾਮ ਹਮੂ ਉਸਤੋ ਪ੍ਰਾਣੀ ਕਭੀ ਨ ਭੂਲ ਸਾਸ ਸਾਸ ਸੀ ਸਿਮਰ ਸੁਜਾਨ ਰਾਮ ਹਰ ਕਾ ਪਾਪ ਸਿਪਾ ਰਾਮ ਨਾਮ ਬਿਨਾ ਕਿਰਪਾ ਵਿਹਾਰ ਦੰਦਾ ਨਾ ਸੁਖ ਭੋਗ ਬਸਾ ਜਨਾਏ ਸਭ ਸੰਪਦ ਸੰਮਾਨੋ ਨੀ ਤਨ ਜਤ ਰਹਿਤ ਪ੍ਰਾਣ ਨਾਮ ਬਿਨਾ ਸਭ ਨੀਰਸ ਸਵਾਦ ਕ੍ਰੋਹ ਸਰ ਬਿਨਾ ਰਾਜ ਵਿਚਾਰ ਸੋਨਾ ਚਾਲੀ ਗਿਆਨ ਮਿਲੀ ਜਿਸਨੇ ਰਾਮ ਨਾਮ ਰਹੀ ਸੋਨੇ ਗੰਤ ਪੰਤ ਮਤ ਬੋਧੇ ਬਨੇ ਜੋ ਰਾਮ ਨਾਮ ਬਿਨ ਧੋਤੇ ਰਾਮ ਨਾਮ ਬਿਨ ਪਾਦ ਵਿਚਾਰ ਪਾਰੀ ਪ੍ਰਮਦਾ ਧਰੀ ਪ੍ਰਚਾਰ ਰਾਮ ਨਾਮ ਦੀਪਕ ਬਿਨਾ ਜਨ ਮਨ ਮੇ ਅੰਧੇ ਜੀ ਸੇ ਮਮਨ ਨਾਮ ਸੁਮਾਲਾ ਪੀਰ ਰਾਮ ਰਾਮ ਬਚ ਕਰ ਸੀਰਾ ਕਰੀ ਨਿਤਯ ਉਤਮ ਕਾਮ ਇਹ
ਮਾਂ ਮੇ ਰਾਮ ਨਾਮ
ਦੇਵ ਕਾਰ ਕਰ ਜਨਮ ਕਬੂਤਾ ਧਰਤੀ ਆਪ ਵਿਰਦ ਵਿਚਾਰੀ ਜੀ ਭਗਵਨ ਨਾਮ ਪਿਆ ਰਾਮ ਨਾਮ ਨੇ ਉਠੀ ਆਏ ਜੋਤਿ ਅਧਰਮੀ ਰਾਮ ਨਾਮ ਰਾਮ ਰਾਮ ਤੇ ਰਾਮ ਜਪਜਾ ਅਪਾ ਰਾਮ ਨਾਮ ਮਨ ਮੁਖ ਮੇ ਕਮਲ ਵਿਕਾਸ ਹੋਈ ਸਭ ਸਾਧਨ ਸੁਖਰਾ ਰਾਮ ਨਾਮ ਗਤ ਭੀਤਰ ਵਸੀ ਸਾਸ ਸਾਸ ਨਸ ਦਸੀ ਰਸੀ ਸਭਨੇ ਮੇਲ ਨ ਬਿਸਰੇ ਨਾਮ ਰਾਮ ਰਾਮ ਸ੍ਰੀ ਰਾਮ 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 ਨਾਮ ਕੀ ਮੇਲ ਸੇ ਸਦ ਜਾ ਕੇ ਸਭ ਕਾਮ ਦੇਵ ਦੇਵ ਦੇਵੇ ਜਦਾ ਦਾਨ ਮਹਾ ਸੁਖ ਦਾਮ ਓ ਮੈਂ ਰਾਮ ਨਾਮ ਧਨ ਪਾਇਆ ਕਾਨ ਮੈਂ ਰਾਮ ਨਾਮ ਜਪ ਮੁਖ ਸੇ ਰਾਮ ਨਾਮ ਜਪ ਜਾਇਆ ਮਨ ਸੇ ਰਾਮ ਨਾਮ ਜਪ ਜਾਇਆ ਪਾਤਰ ਰਾਮ ਨਾਮ ਧਨ ਰਾਸੀ ਗੋਰ ਅਵਿਦਿਆ ਵਿਪਦ ਵਿਨਾਸੀ ਪਾਤਰ ਜਪ ਰਾਮ ਪ੍ਰੇਮ ਕਾਬੂ ਸੰਕਟ ਸੰਤੇ ਹੋ ਗਏ ਦੂਰ ਰਾਮ ਨਾਮ ਜੋ ਜਪੇ ਕਬੀਰ ਉਸਕੇ ਭੀਤਰ ਕੋਸ ਗੁਵੇ ਰਾਮ ਨਾਮ ਧਨ ਜਗ ਮੇ ਨਾਮ ਮੋਤੀ ਧਰੀ ਤੀ ਪੂਜਾ ਅੰਤਰ ਮੁਖ ਹੋ ਕਰੀ ਆਂਖੇ ਬੂੰਦ ਕਿਸਨੇ ਸਿਤਾਰ ਰਾਮ ਰਾਮ ਸੁਮਧੁਰ ਜੰਕਾਰ ਉਸਮੇ ਮਨ ਕਾ ਪੀਲ ਦਿਲਾਓ ਰਾਮ ਰਾਮ ਸੁਰਮੇ ਸਮਾਓ ਜਪ ਮੇ ਰਾਮ ਰਾਮ ਪ੍ਰਭੁ ਰਾਮ ਜਾਉ ਰਾਮ ਰਾਮ ਹਰੀ ਰਾਮ ਸਿਮਰੁ ਮੇ ਰਾਮ ਰਾਮ ਪ੍ਰਭੁ ਰਾਮ ਪਾਉ ਮੇ ਰਾਮ ਰਾਮ ਸ੍ਰੀ ਰਾਮ ਅੰਮ੍ਰਿਤ ਬਨ ਨਾਮ ਜਪ ਪਾਠ ਸੇ ਹੋ ਅੰਮ੍ਰਿਤ ਸੰਸਾਰ ਰਾਮ ਧਾਮ ਮੇ ਪ੍ਰੀਤਿ ਹੋ ਸ਼ਰਨ ਗਣ ਕਾ ਵਿਸਤਾਰ ਭਾਰਤ ਮੰਤਰ ਰਾਮ ਹੈ ਜਿਸ ਕਾ ਸੁਫਲ ਅਪਾਰ ਇਸ ਮੰਤਰ ਕੇ ਜਾਪ ਸੇ ਨਿਸ਼ਚੈ ਬਨੇ ਵਿਸਤਾਰ ਬੋਲੋ ਰਾਮ ਬੋਲੋ ਰਾਮ 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 ਬੋਲੋ ਰਾਮ ਜੈ ਰਾਮ ਜੈ ਜੈ ਰਾਮ ਜੈ ਜੈ ਰਾਮ 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 ਜੈ 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 ਰਾਮ ਜੈ ਜੈ ਰਾਮ 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 ਜੈ
ਭਰੋਸਾ ਤੇਰਾ ਰਾਮਾਏ ਨਾਮਾ ਸ਼ਕਤੀ ਨਹੀਂ ਹੈ। ਜਦ ਤੱਕ ਮਾਤਾ ਆਸ਼ੀਰਵਾਦ
ਆਸ਼ੀਰਵਾਦ ਨਹੀਂ ਦੇ ਸਕਦੇ। ਤੁਸੀਂ ਵੀ ਮਾਂ ਇੱਕ ਐਸੀ ਮਾਂ ਹੁੰਦੀ ਹੈ ਜੋ ਸਭ ਕੋ ਆਪਣਾ ਅੱਛਾ ਹੁੰਦੀ ਹੈ। ਮਾਤਾ ਬੜੀ ਭਾਗਿਆਸ਼ਾਲੀ ਥੀ, ਪੌਤਰ ਸੰਨੀ ਡਨ ਔਰ ਪੁੱਤਰ ਵਧੂ ਨੇ ਜੋ ਹੈ ਪੌਤਰ ਵਧੂ ਨੇ ਮਾਤਾ ਜੀ ਬਹੁਤ ਬੜੀ ਸੇਵਾ ਕੀ, ਇਸਮੇ ਕੋਈ ਸੰਸ਼ਯ ਨਹੀਂ ਹੈ। ਔਰ ਮਾਤਾ ਕੋਲੋਂ ਨੇ ਕਦੀ ਵੀ ਕਿਸੇ ਪ੍ਰਕਾਰ ਦਾ ਕੀ ਥੋੜਾ ਸਾ ਵੀ ਕਸ਼ਟ ਨਹੀਂ ਹੋਣੀ ਦਿਆ। ਮਾਤਾ ਜੀ ਪਰਮ ਗਤੀ ਹੀ ਕਾ ਹੈ, ਪੁੱਤਰ ਦਾ ਮੁਖ ਜੇਕਰ ਮਾਤਾ ਪਿਤਾ ਪਿਤਰਣ ਸੀ ਆਜ਼ਾਦ ਹੋ ਜਾਂਦੇ ਹੈ ਔਰ ਪੌਤਰ ਕੇ ਅਸਤਰਸ਼ ਮਾਤਰ ਸੀ ਵਾ ਉਸੇ ਹੀ ਮੋਸ਼ਟ ਕੋ ਪ੍ਰਾਪਤ ਹੁੰਦੀ ਹੈ। ਤੋ ਸਮੇਂ ਦੀ ਕਮੀ ਕੋ ਦੇਖਦੇ ਹੋਏ ਮੈਂ ਇਸ ਦੀ ਤਵਜੀ ਸੀ ਨਿਰਧਰ ਕਰਦਾ ਹੂੰ। ਮਾਤਾ ਦਾ ਇੱਕ ਐਸਾ ਆਸ਼ੀਰਵਾਦ ਹੁੰਦਾ ਹੈ। ਤੋ ਸਭ ਮੇਰੇ ਸਾਥ ਰਾਮ ਨਾਮ ਦਾ ਜਾਪ ਕਰੇ ਔਰ ਮਾਤਾ ਕੋ ਆਪਣਾ ਆਪਣੀ ਸਰਦਾਰੀ ਦੇ, ਕਿਉਂਕਿ ਸ੍ਰੀ ਰਾਮ ਜੈ ਰਾਮ ਜੈ ਸ਼ਾਮ ਦੁਲਾਰੀ ਢਾਂਗੀ ਦੇ ਉਹਨਾਂ ਦੀ ਸ਼ੋਕ ਸਭਾ ਦੀ
ਸ਼ਾਮ ਦਾ ਦੁਲਾਰੀ ਢੰਗ ਜੀ ਸ਼ੋਕ ਸਭਾ ਦੇ ਲਈ ਸਾਰੇ ਇਕੱਠੇ ਹੋ ਰਹੇ ਹਾਂ। ਮੈਂ ਸਮਝਦਾ ਜਿਨ੍ਹਾਂ ਨੇ ਆਪਣੇ ਮਾਂ ਪਿਓ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਜੀਵਨ ਦੇ ਵਿੱਚ ਕਦੀ ਘਾਟ ਨਹੀਂ ਆਇਆ। ਇਹ ਮੇਰੇ ਸਾਹਮਣੇ ਬੈਠੇ ਤਿੰਨੋਂ ਭਰਾ ਇਸ ਗੱਲ ਦੇ ਸਬੂਤ ਨੇ। ਨਾ ਇਹਨਾਂ ਕਿਸੇ ਇੱਜ਼ਤ ਦੀ ਕਮੀ ਆਈ ਹੈ, ਨਾ ਸ਼ੋਹਰਤ ਦੀ, ਨਾ ਪੈਸੇ ਦੀ, ਲੇਕਿਨ ਇਹਨਾਂ ਨੇ ਆਪਣੇ ਸਮਾਜ ਦੇ ਵਿੱਚ ਨਾਮ ਬਣਾਇਆ। ਅੱਜ ਦਾ ਇਹ ਤੱਥ ਦੱਸਦਾ ਹੈ ਕਿ ਲੋਕਾਂ ਦੇ ਨਾਲ ਇਹਨਾਂ ਦਾ ਕਿੰਨਾ ਪਿਆਰ ਹੈ। ਸੋਸ਼ਲ ਵੀ ਨੇ, ਧਰਮ ਦੇ ਨਾਲ ਵੀ ਜੁੜੇ ਹੋਏ ਨੇ। ਮੈਨੂੰ ਦੱਸਿਆ ਗਿਆ ਕਿ ਮਾਤਾ ਜੀ ਨੇ ਇੱਥੇ ਸਤਨਾਰਾਇਣ ਮੰਦਰ ਦੇ ਵਿੱਚ ਬਹੁਤ ਹੀ ਇਹਨਾਂ ਦੀ ਆਸਥਾ ਸੀਗੀ ਔਰ ਇਹਨਾਂ ਨੇ ਮੂਰਤੀਆਂ ਵੀ ਇੱਥੇ ਸਥਾਪਿਤ ਕਰਾਈਆਂ ਸੀ। ਜੇ ਮਾਂ ਪਿਓ ਨੇ ਜਿਹਨਾਂ ਨੇ ਸੇਵਾ ਨਹੀਂ ਕੀਤੀ ਆਪਣੇ ਜੀਵਨ ਦੇ ਵਿੱਚ, ਉਹਨਾਂ ਨੇ ਕਦੀ ਸੁੱਖ ਨਹੀਂ ਜੇ ਪਾਇਆ। ਮੈਂ ਤੁਹਾਨੂੰ ਇੱਕ ਗੱਲ ਪੱਕਾ ਦੱਸ ਦਿੰਦਾ, ਅੱਜ ਕੱਲ੍ਹ ਦੇ ਬੱਚੇ ਨੇ ਜੇ ਕੋਈ ਮਾਂ ਦਾ ਪਿਤਾ ਕੋਈ ਮਾਂ ਪਿਓ ਬਿਮਾਰ ਹੋ ਜਾਂਦਾ ਤੇ ਕੋਲ ਜਾਣ ਤੋਂ ਵੀ ਘਬਰਾਉਂਦੇ ਨੇ, ਉਹਨਾਂ ਨੂੰ ਉਹਨਾਂ ਕੋਲੋਂ ਵੀ ਸਮੈਲ ਲੱਗਦੀ ਹੈ। ਲੇਕਿਨ ਮੈਂ ਸਮਝਿਆ ਇਹਨਾਂ ਦੇ ਭਤੀਜਾ ਜਾਂ ਇਹਨਾਂ ਦੇ ਜਿਹੜੇ ਪੋਤੇ ਪੋਤੀਆਂ ਨੇ ਉਹਨਾਂ ਨੇ ਵੀ ਰਲ ਕੇ ਇੰਨੀ ਸੇਵਾ ਕੀਤੀ ਹੈ ਕਿ ਮਹਾਰਾਣੀ ਅਗਰ ਉਹਨਾਂ ਨੇ ਇਸ ਚੀਜ਼ ਦੀ ਸੇਵਾ ਕੀਤੀ ਹੈ ਤੇ ਉਹ ਚੀਜ਼ ਦਾ ਫਲ ਵੀ ਮਿਲਿਆ, ਕਿਉਂਕਿ ਸਾਰੇ ਅੱਜ ਆਪਣੇ ਆਪਣੀ ਜਗ੍ਹਾ ਦੇ ਉੱਤੇ ਬਿਲਕੁਲ ਖੁਸ਼ ਨੇ, ਕਿਸੇ ਗੱਲ ਦੀ ਕੋਈ ਕਮੀ ਨਹੀਂ, ਕਿਸੇ ਗੱਲ ਦੀ ਕੋਈ ਘਾਟ ਨਹੀਂ। ਮੰਦਿਰ ਕੀ ਮਾਂ ਕੋ ਚੁਨਰੀ ਉੜਾਏ ਔਰ ਘਰ ਕੀ ਮਾਂ ਕੋ ਛਿਟਕਾਰੇ, ਮੰਦਿਰ ਕੀ ਮਾਂ ਕਦੀ ਕੁਛ ਨਹੀਂ ਨਾਰਾਜ਼ ਜ਼ਰੂਰ ਹੋ ਗਈ। ਅਸੀਂ ਮੰਦਿਰ ਚ ਆ ਕੇ ਅਸੀਂ ਜਾ ਕੇ ਦੁਨੀਆਂ ਮਾਂ ਨੂੰ ਜਿੰਨੀਆਂ ਮਰਜ਼ੀ ਚੜਾ ਲਈਏ, ਲੇਕਿਨ ਜੇ ਅਸੀਂ ਆਪਣੀ ਘਰ ਦੀ ਮਾਂ ਨੂੰ ਜਾਂ ਪਿਓ ਨੂੰ ਨਹੀਂ ਨਾ ਪੁੱਛਿਆ ਤੇ ਮੰਦਿਰ ਦੀ ਮਾਂ ਨੂੰ ਚੁਨਰੀ ਚੜਾਉਣ ਦਾ ਕੋਈ ਫਾਇਦਾ ਨਹੀਂ। ਔਰ ਇਹਨਾਂ ਨੇ ਆਪਣੀ ਮਾਂ ਨੂੰ ਪੁੱਜਿਆ, ਮੈਂ ਸਮਝਦਾ ਇਹਨਾਂ ਨੇ ਜਿਹੜਾ ਆਪਣੀ ਮਾਂ ਨੂੰ ਪੁੱਜਿਆ ਉਹ ਆਪ ਸਮਝੋ ਉਸ ਮਾਂ ਨੂੰ ਪੁੱਜਿਆ ਜਿਹੜੀ ਮੰਦਿਰ ਵਿੱਚ ਵਿਰਾਜਮਾਨ। ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ, ਜਿਹੜੇ ਆਪਣੇ ਪਰਿਵਾਰ ਨੇ ਜਿਹਨੇ ਆਪਣੇ ਲਈ ਦੇਖਿਆ। ਮੈਂ ਕਹਿੰਦਾ ਮਾਤਾ ਜੀ ਅਗਰ ਗਏ ਨੇ, ਕੋਈ ਲੰਬੀ ਉਮਰ ਜਿਹੜੀ ਹੈਗੀ ਹੈ ਇਹ ਕੋਈ ਸੁੱਖਾਂ ਦਾ ਕਾਰਨ ਨਹੀਂ ਹੈਗੀ। ਜ਼ਿਆਦਾ ਲੰਬੀ ਉਮਰ ਆਪਾਂ ਕਹੀਏ ਨਾ ਕਿ ਜ਼ਿਆਦਾ ਲੰਬੀ ਉਮਰ ਲੈ ਕੇ ਤੇ ਅਸੀਂ ਕੋਈ ਸੁੱਖ ਭੋਗ ਲਾਂਗੇ, ਜ਼ਿਆਦਾ ਲੰਬੀ ਉਮਰ ਕੋਈ ਸੁੱਖ ਦਾ ਕਾਰਨ ਨਹੀਂ ਕਦੀ ਹੁੰਦੀ। ਉਮਰ ਬੰਦੇ ਨੂੰ ਓਨੀ ਹੀ ਚਾਹੀਦੀ ਹੈ ਜਿੰਨੀ ਚ ਬੰਦਾ ਠੀਕ ਹੋਵੇ। ਜੇ ਕੋਈ 90 ਸਾਲ ਦਾ ਜਾਂ 100 ਸਾਲ ਦਾ 95 ਸਾਲ ਦਾ ਠੀਕ ਚੱਲ ਰਿਹਾ ਤਾਂ ਠੀਕ ਹੈ, ਨਹੀਂ ਤਾਂ ਅਸੀਂ ਮੈਂ ਸਮਝਦਾ 50-60 ਸਾਲ ਤੋਂ ਬਾਅਦ ਬੰਦੇ ਨੂੰ ਵੈਸੇ ਪਤਾ ਨਹੀਂ 50 ਸਾਲਾਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਲੇਕਿਨ ਇਸ ਮਾਤਾ ਜੀ ਨੇ ਵੀ ਮੈਂ ਇਹਦੇ ਇਹਨਾਂ ਨੇ ਸੇਵਾ ਵੀ ਕਾਫੀ ਕੀਤੀ। ਅਗਰ ਕੋਈ ਦੁੱਖ ਤਕਲੀਫ ਆਇਆ ਵੀ ਹੈ ਤੇ ਪੁੱਤਰ ਸਾਰੇ ਖੜੇ ਹੋ ਗਏ ਨੇ, ਆਪਣਾ ਪੋਤੇ ਸਾਰੇ ਖੜੇ ਹੋ ਗਏ ਨੇ, ਉਹਨਾਂ ਨੂੰ ਦੁੱਖ ਜਿਹੜਾ ਉਹਨਾਂ ਦਾ ਇਹਨਾਂ ਨੇ ਕੱਟਿਆ, ਇਕੱਠੇ ਲਿਆ ਕੇ ਜਿਹੜਾ ਬਲ ਮਿਲਦਾ ਹੈ ਉਹਦੇ ਨਾਲ ਕਸ਼ਟ ਕੱਟਿਆ ਜਾਂਦਾ। ਅਗਰ ਉਹ ਵੀ ਤੁਸੀਂ ਅਲੱਗ ਅਲੱਗ ਹੋ ਤੇ ਉਹ ਕਸ਼ਟ ਤੁਹਾਨੂੰ ਚਾਰ ਗੁਣਾ ਜ਼ਿਆਦਾ ਮਿਲਦਾ। ਤਾਂ ਮੈਂ ਤੇ ਇਸ ਗੱਲ ਦਾ ਬੜਾ ਇਹਨਾਂ ਦਾ ਥੈਂਕਸ ਕਰਾਂਗਾ ਔਰ ਪਰਮਾਤਮਾ ਨੂੰ ਵੀ ਕਰਵਾਉਣਾ ਕਿ ਇਹੋ ਜਿਹੇ ਸਾਰੇ ਬੱਚਿਆਂ ਏਦਾਂ ਦੇ ਪਰਿਵਾਰ ਸਾਰੇ ਜਿਹੜੇ ਆਪਣੇ ਮਾਂ ਪਿਓ ਦੀ ਸੇਵਾ ਕਰਨ, ਏਦਾਂ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਜਾਂ ਤੁਸੀਂ ਆਪਣਾ ਇੱਕ ਮੈਸੇਜ ਭੇਜੋਗੇ ਤੇ ਅਸ਼ੀਰਵਾਦ ਰੱਖੋ ਕਿ ਤੁਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰੋ। ਇਹਨਾਂ ਦਾ ਰਿਜ਼ਲਟ ਕੋਈ ਨਹੀਂ ਦੇ ਸਕਦਾ। ਜਿਸ ਮਾਂ ਨੇ ਛੋਟੇ ਤੋਂ ਲੈ ਕੇ ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਪਾਲਿਆ, ਉਸ ਮਾਂ ਨੂੰ ਅਸੀਂ ਅਗਰ ਥੋੜੀ ਦੇਰ ਲਈ ਵੀ ਭੁਲਾ ਦਈਏ ਵੀ ਚੱਲ ਤੂੰ ਮਾਤਾ ਪੈ ਜਾ, ਤੇਰੀ ਗੱਲ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਤੁਹਾਡੀ ਇੱਜ਼ਤ ਨਹੀਂ ਹੋਏਗੀ, ਤੁਹਾਡੀ ਸ਼ੋਭਾ ਨਹੀਂ ਬਣੇਗੀ, ਤੁਹਾਡੀ ਇੱਜ਼ਤ ਉਹਦੇ 'ਚ ਵੀ ਹੈ। ਪਿਛਲੀ ਉਮਰ 'ਚ ਆ ਕੇ ਮਾਂ ਨੇ ਕਹਿਣਾ ਮੈਨੂੰ ਆਹ ਚੀਜ਼ ਮੈਂ ਨਹੀਂ ਖਾਣੀ, ਤੁਸੀਂ ਕਹਿਣਾ ਖਾ, ਲੇਕਿਨ ਉਹਨੇ ਕਹਿਣਾ ਮੈਂ ਨਹੀਂ ਖਾਣੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਗਲਤ ਹੈ, ਉਹਦਾ ਮਨ ਨਹੀਂ ਕਰਦਾ, ਤੁਸੀਂ ਉਹਨੂੰ ਜੋ ਬਣਾ ਕੇ ਦੇਣਾ ਉਹ ਦੇ ਦਿਓ, ਜੋ ਤੁਹਾਡਾ ਜੋ ਉਹਦਾ ਮਨ ਕਰਦਾ ਤੁਸੀਂ ਉਹ ਦਿਓ। ਤੁਸੀਂ ਕਹੋ ਅਗਰ ਇਹੋ ਹੀ ਕਹੋਗੇ ਜੋ ਮਿਲਿਆ ਮੇਰੇ ਕੋਲ ਖਾ ਲੈ,
ਤੇ ਇਹ ਵੀ ਤੁਹਾਡੇ ਵਾਸਤੇ ਮੈਂ ਕਹਿੰਦਾ ਠੀਕ ਨਹੀਂ ਹੈਗਾ ਆਪਾਂ ਸਾਡੇ ਸਾਰਿਆਂ ਵਾਸਤੇ। ਅਗਰ ਜੋ ਉਹਨਾਂ ਦਾ ਮਨ ਹੈ, ਅਗਰ ਸਾਡਾ ਮਨ ਜੋ ਕਰਦਾ ਅਸੀਂ ਕਰਦੇ ਹਾਂ, ਜੇ ਬਜ਼ੁਰਗਾਂ ਦਾ ਮਨ ਜੋ ਕਰਦਾ ਖਾਣ ਤੇ ਉਹਨਾਂ ਨੂੰ ਵੀ ਉਹ ਚੀਜ਼ ਪ੍ਰੋਵਾਈਡ ਕਰਨੀ ਚਾਹੀਦੀ। ਅਸ਼ਵਨੀ ਡਾਂਡ ਜੀ, ਅਨਿਲ ਕੁਮਾਰ ਜੀ ਔਰ ਸੰਨੀ ਜੀ, ਉਹਨਾਂ ਦੇ ਪੋਤੇ ਰੋਹਿਤ ਜੀ, ਉਮੇਸ਼ ਜੀ, ਗੌਰਵ ਜੀ, ਸੌਰਵ ਜੀ, ਸਾਰਿਆਂ ਨੇ ਬੜੀ ਸੇਵਾ ਕੀਤੀ ਹੈ। ਇੱਥੇ ਬਹੁਤ ਹੀ ਸਾਡੇ ਵਿੱਚ ਸੁਨਿੰਦਰ ਸੈਣੀ ਜੀ ਵੀ ਬੈਠੇ ਨੇ, ਮੈਂ ਸਮਝੀ ਘਰ ਦੇ ਕਾਰਨ ਮਾਫ਼ੀ ਚਾਹਾਂਗਾ, ਕਿਉਂਕਿ ਹੋਰ ਵੀ ਕਈ ਜਗ੍ਹਾ 'ਤੇ ਕਈਆਂ ਨੇ ਜਾਣਾ ਹੁੰਦਾ, ਕੋਈ ਇੱਕ ਤੋਂ ਦੋ ਕਿਰਿਆ ਇੱਥੇ ਕਰਕੇ ਰੱਖੀ ਹੁੰਦੀ ਹੈ। ਕਈ ਸਾਡੇ ਵਿੱਚ ਬੈਠੇ ਨੇ, ਮੈਂ ਸੁਰਿੰਦਰ ਸੈਣੀ ਜੀ, ਜਗਜੀਤ ਸਿੰਘ ਜੀਤਾ ਜੀ ਕੌਂਸਲਰ, ਅਜੇ ਜਗੋਤਾ ਜੀ ਬੀਜੇਪੀ, ਵਰਿੰਦਰ ਕੌਸ਼ਲ ਜੀ, ਹਰੀਪਾਲ ਸੋਨੀ ਜੀ, ਬਲਜੀਤ ਪ੍ਰਿੰਸ ਜੀ ਕੌਂਸਲਰ ਜਿਹੜੇ ਕਿ ਸਾਡੇ ਗੋਬਿੰਦਗੜ੍ਹ ਦੇ ਨੇ, ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ, ਕਿਉਂਕਿ ਦੁੱਖ ਦੀ ਘੜੀ ਦੇ ਵਿੱਚ ਆ ਕੇ ਇਹਨਾਂ ਨੇ ਪਰਿਵਾਰ ਨੂੰ ਦੁੱਖ ਦਾ ਕਰਨ ਦਾ ਇੱਕ ਦਰਖਾਸਤ ਬੁਲਾਇਆ, ਇਹਨਾਂ ਦਾ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ। ਸਤਨਾਰਾਇਣ ਮੰਦਿਰ ਵੱਲੋਂ, ਕਿਉਂਕਿ ਮਾਤਾ ਜੀ ਸਤਨਾਰਾਇਣ ਮੰਦਿਰ ਦੀ ਬਹੁਤ ਜੁੜੇ ਹੋਏ ਸੀ ਪ੍ਰਧਾਨ ਬਲਰਾਜ ਗੁਪਤਾ ਜੀ ਵੱਲੋਂ, ਬਲਰਾਜ ਗੁਪਤਾ ਜੀ ਸਾਡੇ ਵਿੱਚ ਬੈਠੇ ਵੀ ਨੇ, ਉਹਨਾਂ ਵੱਲੋਂ ਵੀ ਸਤਨਾਮ ਪ੍ਰਬੰਧਕ ਕਮੇਟੀ ਵੱਲੋਂ ਇੱਕ ਸ਼ੋਕ ਪ੍ਰਤਾਪ ਆਇਆ ਹੈ, ਕਮੇਟੀ ਵੱਲੋਂ ਸ਼ੋਕ ਪ੍ਰਤਾਪ ਜਿਹੜਾ ਆਇਆ ਹੈ, ਮੈਂ ਪਰਿਵਾਰ ਵੱਲੋਂ ਉਹਨਾਂ ਦਾ ਵੀ ਆਭਾਰ ਪ੍ਰਗਟ ਕਰਦਾ ਹਾਂ। ਸੋ ਜ਼ਿਆਦਾ ਨਾ ਕਹਿੰਦੇ ਹੋਏ, ਕਿਉਂਕਿ ਕੰਮ ਜਿਹੜਾ ਹੈ ਐਸਾ ਹੁੰਦਾ ਹੈ, ਅਗਰ ਦੁੱਖ ਦਾ ਕੰਮ ਸਮੇਂ ਸਿਰ ਨਿਬੇੜ ਦੀਏ ਤੇ ਦੁੱਖ ਘਟਦਾ ਹੈ। ਆਪਾਂ ਖੁਸ਼ੀ ਜੀ ਤੇ ਭਾਵੇਂ ਰਾਤੀ 12 ਵਜੇ ਤੱਕ ਜਾਗਦੇ ਰਹਿੰਦੇ ਹਾਂ, ਲੇਕਿਨ ਦੁੱਖ ਦੀ ਘੜੀ ਦੇ ਵਿੱਚ ਬੰਦਾ ਬਹੁਤੀ ਦੇਰ ਨਹੀਂ ਜਾਗ ਸਕਦਾ, ਕਿਉਂਕਿ ਜਾਗ ਨਹੀਂ ਸਕਦਾ ਉਹ ਬੰਦਾ ਸੌ ਨਹੀਂ ਸਕਦਾ। ਇਸ ਕਰਕੇ ਇਸ ਚੀਜ਼ ਦੀ ਸਾਨੂੰ ਮਰਿਆਦਾ ਰੱਖਣੀ ਪੈਂਦੀ ਹੈ ਕਿ ਅਗਰ ਟਾਈਮ ਇੱਕ ਤੋਂ ਦੋ ਲੈ ਕੋਈ ਸਾਰੀ ਸੰਗਤ ਜਿਹੜੀ ਆਈ ਹੁੰਦੀ ਹੈ, ਉਹਨਾਂ ਨੇ ਹੋਰ ਕਿਸੇ ਪਾਸੇ ਜਾਣਾ ਹੁੰਦਾ, ਇਸ ਚੀਜ਼ ਦਾ ਵੀ ਅਸੀਂ ਦੇਖਣਾ ਹੁੰਦਾ ਵੀ ਇੱਕ ਤੋਂ ਦੋ ਦਾ ਟਾਈਮ ਹੈ ਤੇ 2 ਵਜੇ ਤੱਕ ਅਸੀਂ ਇਸ ਚੀਜ਼ ਨੂੰ ਕਰ ਦਈਏ। ਸੋ ਮੈਂ ਸਾਰੇ ਜਿੰਨੇ ਵੀ ਪਰਿਵਾਰ ਇੱਥੇ ਆਏ ਨੇ ਉਹਨਾਂ ਦਾ ਪਰਿਵਾਰ ਵੱਲੋਂ ਆਭਾਰ ਪ੍ਰਗਟ ਕਰਦਾ ਹਾਂ। ਕੀ ਉਹ ਦੋ ਸ਼ਬਦ ਆ ਕੇ ਕਹਿਣ, ਅਸ਼ਵਨੀ ਡਾਂਡ ਜੀ ਦਾ ਹੁਕਮ ਹੋਇਆ ਜਿਸ ਤਰ੍ਹਾਂ ਇਹਨਾਂ ਦਾ ਹੁਕਮ ਹੈ। ਮਾਤਾ ਸ਼ਾਮ ਦੁਲਾਰੀ ਜੀ ਦੀ ਅੰਤਿਮ ਅਰਦਾਸ, ਸਤਨਾਰਾਇਣ ਮੰਦਿਰ ਦਾ ਵਿਸ਼ਾਲ ਹਾਲ ਔਰ ਹਾਲ 'ਚ ਬੈਠੀ ਵਿਸ਼ਾਲ ਸੰਗਤ, ਆ ਰਹੇ ਭਗਤਗਣ, ਇਸ ਗੱਲ ਦਾ ਸਬੂਤ ਹੈ ਕਿ ਮਾਤਾ ਜਿੱਥੇ ਸ਼ਾਮ ਦੀ ਦੁਲਾਰੀ ਹੈ ਔਰ ਜਿੱਥੇ ਉਸਨੇ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਨੂੰ ਧਰਮ ਨਾਲ ਜੋੜਿਆ, ਉਸ ਇਸ਼ਟ ਨਾਲ ਜੋੜਿਆ, ਪਰ ਬੱਚੇ ਵੀ ਉਸ ਇਸ਼ਟ ਨਾਲ ਜੁੜੇ ਨੇ, ਉਸ ਨਿਸ਼ਠਾ ਦੇ ਨਾਲ ਉਹ ਪਰਿਵਾਰ ਸਮਾਜ ਦੀ ਸੇਵਾ ਕਰ ਰਹੇ ਨੇ। ਮਾਂ ਸ਼ਬਦ ਹੀ ਐਸਾ ਹੈ ਔਰ ਇੱਕ ਲੜਕੀ ਦਾ ਮਾਂ ਬਣਨਾ ਇਸਦਾ ਸਨਮਾਨ ਹੈ ਔਰ ਇੱਕ ਮਾਂ ਦਾ ਇੱਕ ਬੱਚੇ ਨੂੰ ਜਨਮ ਦੇਣਾ ਉਸਦਾ ਦੂਸਰਾ ਠੀਕਾ ਹੈ। ਮੈਂ ਚਾਈਲਡ ਹੈਲਪਲਾਈਨ ਚਲਾਉਣਾ, ਸਿਵਲ ਹਸਪਤਾਲ 'ਚ ਡਿਲੀਵਰੀਆਂ ਹੁੰਦਿਆਂ ਸਮੇਂ ਔਰਤਾਂ ਔਰ ਬੱਚਿਆਂ ਦੀ ਮੌਤ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਮੇਰੇ ਪਾਸ, ਔਰ ਵੱਧ ਤੋਂ ਵੱਧ ਵਧੀਆ ਮਸ਼ੀਨਾਂ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ
ਪਰ ਜੋ ਜੀਵਨ ਹੈ ਪਰਮਾਤਮਾ ਦੇ ਹੱਥ ਹੈ। ਔਰ ਇੱਕ ਔਰਤ ਦਾ ਮਾਂ ਬਣਨਾ ਉਸਦਾ ਸੁਭਾਗ ਹੈ, ਔਰ ਬੱਚੇ ਜਿਵੇਂ ਮਾਂ ਦਾ ਜੋ ਜੀਵਨ ਹੈ, ਤੁਸੀਂ ਮਾਂ ਦੀ ਮੂਰਤੀ ਦੇਖੋ, ਚਾਰ ਹੱਥ, ਅੱਠ ਹੱਥ, ਦਸ ਹੱਥ ਵਾਲੀ ਮਾਤਾ ਦੇਖਦੇ ਹੋ। ਔਰ ਸਾਡੇ ਪ੍ਰੋਫੈਸਰ ਕਹਿੰਦੇ ਹੁੰਦੇ ਸਨ ਇੱਕ ਮਾਂ ਜਿਹੜੀ ਹੈ ਔਰ ਇੱਕ ਔਰਤ ਜਿਹੜੀ ਹੈ ਉਹ ਸਵੇਰੇ ਉੱਠ ਕੇ ਪਹਿਲੇ ਆਪ ਤਿਆਰ ਹੁੰਦੀ ਹੈ, ਬੱਚਿਆਂ ਦਾ ਨਾਸ਼ਤਾ ਤਿਆਰ ਕਰਦੀ ਹੈ ਔਰ ਉਹਨਾਂ ਦਾ ਸਕੂਲ ਭੇਜ ਦਾ ਪ੍ਰਬੰਧ ਕਰਦੀ ਹੈ, ਸ਼ਾਮ ਦਾ ਬੱਚਿਆਂ ਦੀ ਰੋਟੀ ਦਾ ਪ੍ਰਬੰਧ ਕਰਦੀ ਹੈ ਔਰ ਫਿਰ ਸਾਰਿਆਂ ਨੂੰ ਰੋਟੀ ਖਵਾਉਣ ਤੋਂ ਬਾਅਦ ਆਪ ਰੋਟੀ ਖਾਂਦੀ ਹੈ। ਔਰ ਹਰ ਔਰਤ ਇੱਕ ਦੇਵੀ ਹੈ, ਸਾਨੂੰ ਹਰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਕਿ ਇਹ ਇੰਨੀਆਂ ਹੱਥਾਂ ਦੇ ਨਾਲ ਕੰਮ ਕਰਦੀਆਂ ਨੇ, ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ। ਔਰ ਮਾਂ ਜਿਹੜੀ ਹੈ ਇੱਕ ਸ਼ਬਦ ਹੈ, ਇਹੋ ਜਿਹਾ ਮਾਂ ਹੈ ਔਰ ਉਹੀ ਸਾਨੂੰ ਦੁਨੀਆਂ ਦੇ ਵਿੱਚ ਲਿਆਉਣ ਵਾਲੀ ਮਾਂ ਹੈ, ਜਿਸ ਦਾ ਅਸੀਂ ਨਮਸਤਕ ਹੋ ਕੇ ਜਿਤਨਾ ਸਤਿਕਾਰ ਕਰ ਸਕੀਏ ਓਨਾ ਥੋੜ੍ਹਾ। ਔਰ ਅਸ਼ਵਨੀ ਟੰਡ ਔਰ ਇਹਨਾਂ ਦੇ ਪਰਿਵਾਰ ਦੇ ਜਿੰਨੇ ਬ੍ਰਦਰ ਨੇ ਔਰ ਪਰਿਵਾਰ ਦੇ ਮੈਂਬਰ ਜਿਹਨਾਂ ਨੇ ਜਿਵੇਂ ਦੱਸਿਆ ਧਵਨ ਜੀ ਨੇ ਮਾਂ ਦੀ ਸੇਵਾ ਕੀਤੀ ਹੈ, ਔਰ ਸਾਰਿਆਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਔਰ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਮੈਂ ਆਪਣੇ ਵੱਲੋਂ, ਜਲੰਧਰ ਵੈਲਫੇਅਰ ਸੁਸਾਇਟੀ ਵੱਲੋਂ, ਅਜੀਤ ਸੈਨੀ ਟਰੱਸਟ ਵੱਲੋਂ ਮੈਂ ਬਹੁਤ ਬਹੁਤ ਸਤਿਕਾਰ ਔਰ ਸ਼ਰਧਾ ਸੁਮਨ ਭੇਟ ਕਰਦਾ। ਜੈ ਹਿੰਦ। ਆਭਾਰ ਪ੍ਰਗਟ ਕਰਦੇ ਹਾਂ ਐਸ ਡੀ ਕਾਲਜ ਰੋਡ 'ਤੇ ਬਲਵਿੰਦਰ ਸਿੰਘ ਜੀ ਰੋਡ 'ਤੇ ਸ਼ੋਕ ਪ੍ਰਸਤਾਵ ਆਇਆ ਹੈ, ਉਹਨਾਂ ਦੀ ਨਾਮ ਆਭਾਰ ਪ੍ਰਗਟ ਕਰਦੇ ਹਾਂ। ਦੀ ਹੈ ਗਊਸ਼ਾਲਾ ਗੁਰਦੁਆਰਾ ਸਿੰਘ ਸਭਾ ਪੱਦੇ ਵਾਲੀ ਪੱਟੀ ਵਾਲੇ, ਅਗਰ ਯਹਾਂ ਪਰ ਹੈ ਤੋ ਉਹ ਜੀ ਦਾਮ ਰਾਸ਼ੀ ਜੋ ਹੈ ਜੋ ਇਹਨਾਂ ਨੇ ਪ੍ਰਭਾਵ ਨੇ ਨਿਕਾਲੀ ਹੈ ਉਹ ਲੈ ਸਕਦੇ ਹਨ। ਤੋ ਮੈਂ ਫਿਰ ਇਹੀ ਬਾਤ ਕਹੂੰਗਾ ਕਿ ਮਾਂ ਬਾਪ ਦੀ ਜੋ ਸੇਵਾ ਹੈ, ਚਾਹੇ ਉਹ ਜਿਤਨੇ ਵੀ ਬਜ਼ੁਰਗ ਹੈ, ਅਗਰ ਨਹੀਂ ਵੀ ਬਜ਼ੁਰਗ, ਉਹਨਾਂ ਦਾ ਆਦਰ ਕਰਨਾ ਆਪਕੀ ਸੁੱਖ ਸਮ੍ਰਿਧੀ ਕੇ ਲਈ ਸਭ ਤੋਂ ਅੱਛੀ ਬਾਤ ਇਹੀ ਹੋਗੀ। ਜਿਤਨੀ ਸੇਵਾ ਉਹਨੇ ਆਪਕੀ ਬੱਚੇ ਬਣ ਕੇ ਬੱਚੇ ਜਬ ਆਪ ਬੱਚੇ ਥੇ ਤੋ ਉਹਨੇ ਕੀ, ਉਤਨੀ ਸੇਵਾ ਬਗੈਰ ਆਪ ਉਸਨੂੰ ਕੀ ਕਰੇਗੇ, ਤੋ ਹਮੇ ਉਸਮੇ ਲਾਭ ਹੀ ਲਾਭ ਮਿਲੇਗਾ। ਜੈ ਸ਼੍ਰੀ ਰਾਮ। ਪੰਡਿਤ ਜੀ ਆਪਣੇ ਘਰ ਇਨਕੀ ਤਰਫ ਸੇ ਵੀ ਸ਼ੋਕ ਪ੍ਰਸਤਾਵ ਆਇਆ ਹੈ, ਮੈਂ ਇਨਕਾ ਵੀ ਆਭਾਰ ਪ੍ਰਗਟ ਕਰਦਾ ਹਾਂ। ਪਰਿਵਾਰ ਕੀ ਓਰ ਸੇ ਸਭੀ ਕੋ ਅਪੀਲ ਹੈ ਕਿ ਖਾਣਾ ਰੂਪੀ ਜੋ ਬਾਹਰ ਲੰਗਰ ਲਗਾ ਹੈ ਉਹ ਸਭੀ ਖਾ ਕਰ ਜਾਏ, ਚਾਹੇ ਪੀ ਕਰ ਜਾਏ। ਤੋ ਪਰਿਵਾਰ ਪਰ ਬਹੁਤ ਆਭਾਰ ਕਿਰਪਾ ਹੈ, ਆਪ ਅਸੀਂ ਕੋਈ ਹੱਥ ਨਾ ਮੱਥ ਲੈ ਔਰ ਲੰਗਰ ਰੂਪੀ ਜੋ ਪ੍ਰਸ਼ਾਦ ਹੈ ਉਹ ਗ੍ਰਹਿਣ ਕਰਕੇ ਜਾਏ। ਅਸੀਂ ਮਾਤਾ ਕੋ ਪ੍ਰਾਪਤ ਹੋਇਆ ਔਰ ਅੱਛੀ ਗਤੀ ਕੋ ਪ੍ਰਾਪਤ ਹੋਈ, ਪੋਤੀ ਕਾ ਵਿਭਾਗ ਗਿਆ ਔਰ ਪੋਤੀ ਨੇ ਡੇਰਾ ਵੀ ਡਾਲਾ ਔਰ ਪ੍ਰਾਤਾ ਕਾਲ ਸੋਮਤੀ ਮੱਸਿਆ, ਬਹੁਤ ਬੜੀ ਮੱਸਿਆ, ਉਸ ਦਿਨ ਜੋ ਹੈ ਮਾਤਾ ਨੇ ਆਪਣਾ ਸਰੀਰ ਛੋੜ ਦਿਆ। ਇਸੀ ਕੋ ਤਪੱਸਿਆ ਕਿਹਾ ਜਾਂਦਾ ਹੈ, ਇਸੀ ਕੋ ਮੋਸ਼ ਕਿਹਾ ਜਾਂਦਾ ਹੈ, ਇਸੀ ਕਾ ਨਾਮ ਮੋਸ਼ ਹੈ। ਤੋ ਅਬ ਹਮ ਕਰੁਣ ਪਾ ਕੇ ਖੁਸ਼ੀ ਆਏ ਨਾ ਖੁਸ਼ੀ ਚਲੇ,
ਈਸ਼ਵਰ ਦੀ ਇੱਛਾ ਹੁੰਦੀ ਹੈ ਇਨਸਾਨ ਜਨਮ ਲੈ ਲੈਂਦਾ ਹੈ ਔਰ ਉਹ ਬੁਲਾਵਾ ਭੇਜਦਾ ਹੈ ਇਸੇ ਨੂੰ ਮੌਤ ਕਹਿੰਦੇ ਹਨ ਜਨਮ ਔਰ ਮੌਤ ਇਨਸਾਨ ਦੇ ਹੱਥ 'ਚ ਹੈ ਇਨਸਾਨ ਦੇ ਹੱਥ 'ਚ ਹੈ ਇਸ ਧਰਤੀ 'ਤੇ ਆ ਕੇ ਕਿਹੋ ਜਿਹੇ ਕਰਮ ਕਰ ਜਾਂਦਾ ਹੈ ਕਿਹੋ ਜਿਹੀ ਖੁਸ਼ਬੂ ਖਿਲਾ ਜਾਂਦਾ ਹੈ ਅੱਜ ਸਾਡੇ ਦਰਮਿਆਨ ਮਾਤਾ ਸੁਦੀਪ ਸ਼ਾਮ ਦੁਲਾਰੀ ਜੀ ਨਹੀਂ ਰਹੇ ਉਹਨਾਂ ਦੇ ਕੀਤੇ ਹੋਏ ਕੰਮਾਂ ਉਹਨਾਂ ਨੇ ਆਪਣੀ ਔਲਾਦ ਨੂੰ ਅੱਛੇ ਸੰਸਕਾਰ ਦਿੱਤੇ ਪੜ੍ਹਾਇਆ ਲਿਖਾਇਆ ਨੇਕ ਬਣਾਇਆ ਔਰ ਉਸ ਸੰਸਕਾਰਾਂ ਦਾ ਸਦਕਾ ਹੈ ਕਿ ਅਸ਼ਵਨੀ ਜੀ ਅਨਿਲ ਜੀ ਟੰਡ ਪਰਿਵਾਰ ਦਾ ਨਾਮ ਹੈ ਸਥਾਨ ਹੈ ਕਹਿੰਦੇ ਕਿ ਅੱਛੇ ਮਾਲੀ ਦੀ ਵਰਸ਼ਾ ਉਸਦੀ ਫੁਲਵਾੜੀ ਤੋਂ ਹੁੰਦੀ ਹੈ ਜੇ ਫੁੱਲ ਰੰਗ ਬਿਰੰਗੇ ਹੋਣ ਖੁਸ਼ਬੂ ਦਾ ਨਾਮ ਹੋਣ ਤਾਂ ਇਨਸਾਨ ਅੰਦਾਜ਼ਾ ਲਗਾ ਲੈਂਦਾ ਇਸ ਬਾਗ ਦਾ ਮਾਲੀ ਬਹੁਤ ਸਿਆਣਾ ਹੈ ਔਰ ਵਿਅਕਤੀ ਦੀ ਪਹਿਚਾਣ ਉਸਦੀ ਔਲਾਦ ਤੋਂ ਹੁੰਦੀ ਜੇ ਨੇਕ ਹੋਵੇ ਸਮਾਜ 'ਚ ਰੁਤਬਾ ਹੋਵੇ ਤਾਂ ਜੀਵਨ ਸਫਲ ਹੋ ਜਾਂਦਾ ਹੈ ਅੰਤ ਸਮੇਂ ਬਿਮਾਰ ਰਹੇ ਮਾਤਾ ਜੀ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਨੇ ਸੇਵਾ ਕੀਤੀ ਹੈ ਉਹ ਵੀ ਆਪਣੇ ਆਪ 'ਚ ਸਨ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਰਧਾ ਸੁਮਨ ਭੇਟ ਕਰਦਾ ਹੈ ਪਰਮ ਪਿਤਾ ਪਰਮਾਤਮਾ ਦੇ ਅਰਦਾਸ ਕਰਦਾ ਇਸ ਪੁੰਨੀ ਆਤਮਾ ਨੂੰ ਆਪਣੇ ਚਰਨਾਂ ਦੀ ਮਾਤਾ ਜੀ ਲਗਾ ਕੇ ਉਹ ਸਦਾ ਹਰੀ ਹੁੰਦੀ ਰਹੇ ਗੁਜ਼ਰੋ ਜੋ ਬਾਗ ਸੀ ਤੋ ਦੁਆ ਮੰਗ ਕੇ ਚਲੋ ਜਿਸ 'ਤੇ ਖਿਲੇ ਨਾ ਫੁੱਲ ਉਹ ਡਾਲੀ ਹਰੀ ਰਹੇ ਕਹਿੰਦੇ ਹੈ ਦਸ ਦਿਨ ਵੀ ਜੋ ਗੁਰੂ ਆਪਣੇ ਮਾਤਾ ਪਿਤਾ ਜੀ ਨੂੰ ਮਿਲ ਸਕਦਾ ਹੈ ਭਗਵਾਨ ਦਰੁਣ ਜੀ ਨੇ ਮੌਨ ਧਾਰਨ ਕਰ ਲਿਆ ਔਰ ਉਹਨੇ ਕਿਹਾ ਜਸਯ ਅਸਰ ਮਾਤਰ ਜਿਸਕੇ ਅਸਰ ਮਾਤਰ ਸੀ ਹੀ ਦੁਰਗਤੀਆਂ ਦੂਰ ਹੋ ਜਾਂਦੀ ਹੈ ਉਸ ਭਗਵਾਨ ਔਰ ਮਾਤਾ ਦੇ ਦੁੱਖ ਸਹਿਣੇ ਕੀ ਸ਼ਕਤੀ ਕੀ ਭਗਵਾਨ ਦੇ ਅਭਾਵ ਜੋ ਹੈ ਨਰਸੀ ਦਾਨ ਦਾ ਨਾਮ ਲੈ ਲੈਂਦੇ ਹੈ ਔਰ ਬੋਲੋ ਸ੍ਰੀਮਨ ਨਾਰਾਇਣ 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 ਸ੍ਰੀਮਨ ਨਾਰਾਇਣ
सभी गणमान्य व्यक्तियों से निवेदन है कि प्रसाद के रूप में माता का आशीर्वाद लेके अवश्य जाए, प्रसाद के रूप में भोजन अवश्य ग्रहण किया जाए और माता का आशीर्वाद अवश्य लेकर जाए। धन्यवाद। मैं प्रधान ओल्ड जवाहर नगर वैसल सोसाइटी स्ट्रीट ट्रांडर ਵਿੱਚ ਥੋੜ੍ਹੇ ਦਿਨ ਪਹਿਲਾਂ ਮੇਰੀ ਮਾਤਾ ਜੀ ਸ਼੍ਰੀਮਤੀ ਸ਼ਾਮ ਦੁਲਾਰੀ ਜੀ ਦਾ ਸਵਰਗਵਾਸ ਹੋ ਗਿਆ। ਅੱਜ 29 ਤਰੀਕ ਨੂੰ ਦੇ ਸ਼ੁੱਕਰਵਾਰ ਨੂੰ ਅੱਜ ਉਹਨਾਂ ਦੀ ਰਸਮ ਭੋਗ ਉਠਾਲਾ। ਮੇਰੇ ਮਾਤਾ ਜੀ ਜਿਹੜੇ ਕਿ ਬਹੁਤ ਹੀ ਧਾਰਮਿਕ ਵਿਅਕਤੀ ਦੇ ਸੀ, ਰੱਬ ਨੂੰ ਮੰਨਣ ਵਾਲੀ ਸ਼ਖਸੀਅਤ ਸੀ, ਬਹੁਤ ਧਾਰਮਿਕ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀਗੇ, ਦਾਨ ਪੁੰਨ ਕਰਦੇ ਸੀਗੇ ਅਤੇ ਆਪਣੇ ਪਰਿਵਾਰਕ ਦੀ ਜ਼ਿੰਮੇਵਾਰੀਆਂ ਬੜੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਿਭਾ ਕੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਕੇ ਚਲੇ।